NHI ਦੇ ਵੱਲੋਂ ਕੱਢਿਆ ਜਾ ਰਿਹਾ ਬਾਈਪਾਸ ਕਿਸਾਨਾਂ ਦੇ ਲਈ ਸਿਰਦਰਦੀ ਬਣ ਗਿਆ ਕਿਉਂਕਿ ਸਾਰਾ ਮਟੀਰੀਅਲ ਸਣੇ ਮਿੱਟੀ ਖੇਤਾਂ ਦੇ ਵਿੱਚ ਜਮ੍ਹਾਂ ਹੋ ਗਈ ਔਰ ਕਿਸਾਨਾਂ ਦੀ ਫਸਲ ਬਰਬਾਦ ਹੋ ਰਹੀ ਹੈ ਕਿਉਂਕਿ ਉੱਥੇ ਤੱਕ ਪਾਣੀ ਨਹੀਂ ਪਹੁੰਚ ਰਿਹਾ। ਦਿੱਲੀ ਅੰਬੋਹਰ ਨੈਸ਼ਨਲ ਹਾਈਵੇ ਦਾ ਮਲੋਟ ਤੋਂ ਅੰਬੋਹਰ ਰੋਡ ਲਈ ਬਾਈਪਾਸ ਕੱਢਿਆ ਜਾ ਰਿਹਾ ਜਿਸ ਦੇ ਚੱਲ ਰਹੇ ਕੰਮ ਤੋਂ ਰਸਤੇ ਦੇ ਵਿੱਚ ਆਉਂਦੇ ਪਿੰਡ ਕਰਮਗੜ੍ਹ ਦੇ ਕਿਸਾਨ ਜਿਨ੍ਹਾਂ ਦੀ ਜ਼ਮੀਨ ਇਸ ਬਾਈਪਾਸ ਦੇ ਨਾਲ ਲੱਗਦੀ ਹੈ ਉਹ ਇਸ ਬਾਈਪਾਸ ਤੋਂ ਬਹੁਤ ਹੀ ਦੁਖੀ ਨੇ ਔਰ ਉਹਨਾਂ ਨੇ ਅੱਜ ਕੰਮ ਨੂੰ ਬੰਦ ਕਰਵਾ ਕੇ ਰੋਸ ਪ੍ਰਗਟ ਕੀਤਾ। ਕਰਮਗੜ੍ਹ ਦੇ ਕਿਸਾਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ NHI ਨੇ ਜੋ ਜ਼ਮੀਨ ਖਰੀਦੀ ਹੋਈ ਹੈ ਉਸਦੀ ਨਿਸ਼ਾਨਦੇਹੀ ਕੀਤੀ ਹੋਈ ਹੈ ਪਰ ਚੱਲ ਰਹੇ ਕੰਮ ਦੇ ਦੌਰਾਨ ਉਹਨਾਂ ਦੇ ਖੇਤਾਂ ਦੇ ਵਿੱਚ ਮਟੀਰੀਅਲ ਤੋਂ ਇਲਾਵਾ ਮਿੱਟੀ ਘੱਟਾ ਜਿਹੜਾ ਉਹ ਜਮ੍ਹਾਂ ਹੋ ਰਿਹਾ ਜਿਸ ਕਾਰਨ ਫਸਲਾਂ ਨੂੰ ਨੁਕਸਾਨ ਹੋ ਰਿਹਾ। ਮੀਂਹ ਦੇ ਦੌਰਾਨ ਸਾਰਾ ਪਾਣੀ ਉਹਨਾਂ ਦੇ ਖੇਤਾਂ ਦੇ ਵਿੱਚ ਆ ਜਾਂਦਾ ਜਿਸ ਕਰਕੇ ਉਹਨਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਦੂਜੇ ਪਾਸੇ ਬਣ ਰਹੇ ਬਾਈਪਾਸ ਦੇ NHI ਦੇ ਅਧਿਕਾਰੀ ਨੇ ਦੱਸਿਆ ਕਿ ਥੋੜ੍ਹੀ ਬਹੁਤੀ ਮਿੱਟੀ ਕਿਸਾਨਾਂ ਦੇ ਖੇਤਾਂ ਵਿੱਚ ਆ ਗਈ ਇਸ ਨੂੰ ਔਰ ਪਾਣੀ ਨੂੰ ਰੋਕਣ ਦੇ ਲਈ ਆਸ ਪਾਸ ਦੇ ਬੋਰ ਕੀਤੇ ਜਾ ਰਹੇ ਨੇ ਅਤੇ ਥੋੜ੍ਹੇ ਸਮੇਂ ਤੱਕ ਇਹ ਸਮੱਸਿਆ ਨੂੰ ਵੀ ਹੱਲ ਕੀਤਾ ਜਾਵੇਗਾ। ਮਾਮਲਾ ਹੈ ਜੀ, ਸਾਡਾ ਇਹ ਬਹੋਰ ਰੋਡ 'ਤੇ ਇੱਕ ਬਾਈਪਾਸ ਨਿਕਲਿਆ ਜ਼ਮੀਨ ਦੇ ਵਿੱਚ ਦੀ, ਇਹਦੀ ਜਿੱਥੋਂ ਤੱਕ ਸਾਨੂੰ ਪੈਸੇ ਮਿਲੇ ਆ ਅਸੀਂ ਉੱਥੇ ਪਿੱਲਰ ਲਾ ਕੇ ਤਾਰ ਲਾਈ ਹੋਈ ਹੈ। ਉਹ ਪਿੱਲਰ ਤੋਂ 8-8 10-10 ਫੁੱਟ ਤਾਈਂ ਗਾਂ ਇਹਨਾਂ ਦਾ ਪੱਥਰ ਔਰ ਮਿੱਟੀ ਢਲ ਕੇ ਸਾਰੀ ਸਾਡੇ ਝੋਨੇ ਦੀ ਨਸ਼ਟ ਹੋ ਗਿਆ। ਪਹਿਲਾਂ ਕਣਕ ਨਸ਼ਟ ਹੋਈ, ਹੁਣ ਝੋਨਾ ਨਸ਼ਟ ਹੋ ਗਿਆ। ਜਦੋਂ ਇਹਨਾਂ ਦੇ ਅਫਸਰਾਂ ਨਾਲ ਅਸੀਂ ਗੱਲ ਕਰਦੇ ਹਾਂ ਉਹ ਕਹਿੰਦੇ ਜੀ ਸਾਡੀ ਇਸ ਬਾਰੇ ਕੋਈ ਜ਼ਿੰਮੇਦਾਰੀ ਨਹੀਂ, ਅਸੀਂ ਕੁਛ ਨਹੀਂ ਇਸ ਬਾਰੇ ਜਾਣਦੇ, ਤੁਸੀਂ ਆਪਦਾ ਜੋ ਕਰਨਾ ਕਰੋ, ਨਹੀਂ ਕਰਨਾ ਨਾ ਕਰੋ। ਉਹ ਸਾਨੂੰ ਜਦੋਂ ਆਉਂਦੇ ਬਸ ਆਹੀ ਜਵਾਬ ਦਿੰਦੇ ਹੈ। ਵਾਲਾ ਕਰਦੇ ਅਸੀਂ ਕੋਈ 2-4 ਮਿੰਟ ਇਕੱਠੇ ਹੁੰਦੇ ਹਾਂ, ਉਸ ਤੋਂ ਬਾਅਦ ਫਿਰ ਅਸੀਂ ਜਦੋਂ ਇਹ ਆ ਕੇ ਸਾਨੂੰ ਕਹਿ ਜਾਂਦੇ ਫਿਰ ਅਸੀਂ ਚਲੇ ਜਾਂਦੇ ਜੀ। ਸਾਡੇ ਨਾਲ ਬਹੁਤ ਇਹ ਜੱਦੋਜਸਤੀ ਹੁੰਦੀ ਹੈ, ਸਾਡਾ ਬਹੁਤ ਵੱਡਾ ਨੁਕਸਾਨ ਹੈ ਜੀ। ਇਸ ਤੁਹਾਡੇ ਕੋਲ ਕਿੰਨੀ ਕੁ ਪੈਲੀ ਹੈ ਜਿਹੜੀ? ਮੇਰੇ ਕੋਲ 5 ਕਨਾਲਾਂ ਜੀ ਇਸ ਟਾਈਮ ਬਾਈਪਾਸ 'ਤੇ ਲੱਗਦੀ, ਉਹ ਤੁਹਾਨੂੰ ਮੌਕਾ ਵਿਖਾਵਾਂਗੇ ਜਾ ਕੇ ਤੁਸੀਂ ਉਹ ਦੇਖ ਲਿਓ ਜੀ। ਸਾਰਾ ਝੋਨਾ ਕਿੰਨੇ ਕੁ ਨਿਰਦੂਰ ਤੱਕ ਮਤਲਬ ਇਹ ਖਰਾਬ ਹੋ ਗਿਆ? ਝੋਨਾ ਜੀ 10-10 12-12 ਫੁੱਟ ਤਾਂ ਸਾਰਾ ਨੁਕਸਾਨ ਹੈ ਜੀ। ਹੁਣ ਕੋਈ ਗੱਲਬਾਤ ਹੋਈ ਇਹਨਾਂ ਬੰਦਿਆਂ ਨਾਲ? ਹੁਣ ਤਾਂ ਉਹ ਆਏ ਜੀ, ਇੱਕ ਬੰਦਾ ਆਇਆ ਉਹ ਹੀ ਗੱਲ ਕਹਿ ਰਿਹਾ ਵੀ ਅਸੀਂ ਕੰਧਾ ਕੱਢਾਂਗੇ ਬਾਅਦ 'ਚ ਵੇਖਾਂਗੇ ਜੋ ਹੋਊਗਾ, ਅਸੀਂ ਕੋਈ ਨੁਕਸਾਨ ਨਹੀਂ ਦੇਣਾ। ਹਾਂਜੀ ਹਾਂਜੀ, ਅਸੀਂ ਆਉਣੇ ਵੀ ਜਿਹੜਾ ਬਾਈਪਾਸ ਨਿਕਲਿਆ ਸਾਡਾ ਤੋਂ ਹੀ ਪੈਸੇ, ਇੱਕ ਤਾਂ ਸਰਕਾਰ ਨੇ ਪੈਸਾ ਪੂਰਾ ਨਹੀਂ ਦਿੱਤਾ, ਇੱਕ ਜੀ ਸਾਡਾ ਨੁਕਸਾਨ ਆ। 4 ਚੁਫੇਰੇ 2 ਕਨਾਲਾਂ ਇਹਨਾਂ ਹਾਈਵੇ ਤੋਂ ਉੱਤੋਂ ਟੱਪ ਕੇ ਪੱਥਰ ਪਿਆ ਝੋਨਾ ਦਾ, ਭਾਅ ਵੇਖ ਲਓ 4 ਕਿੱਲੇ ਜ਼ਮੀਨ ਉਹੀ ਨਾਸ ਹੋਇਆ ਪਿਆ ਸਾਡਾ ਤਾਂ, ਫਸਲ ਤੋਂ ਹੀ ਪਾਸੀ, ਬਾਈਪਾਸ ਤੋਂ ਹੀ ਪਾਸੀ ਮਿੱਟ, ਹੋਰ ਸੜਕ ਤੋਂ ਲੈ ਕੇ ਫਾਜ਼ਿਲਕਾ ਸੜਕ ਹਾਲਤ ਬੁਰਾ ਹੀ ਆਈ ਹੈ ਤੇ ਨਾ ਕੋਈ ਸੁਣਵਾਈ ਕਰਦੇ, ਨਾ ਕੋਈ ਆ ਕੇ ਵੇਖ ਕੇ ਮੁੜ ਜਾਂਦੇ। ਬਸ ਅਫਸਰਾਂ ਨੂੰ ਕੋਈ ਆਉਂਦੇ ਆ ਜਿਹੜੇ ਕੋਈ ਆਖਿਆ ਅਕਸਰ ਅਫਸਰਾਂ ਨੂੰ ਆਦੇ ਕੋਈ ਕਰਾਂ ਕਰਾਂ ਕਰਨਾ ਕੁਛ ਕੁਛ ਨਹੀਂ ਕੀਤਾ ਜੀ ਅੱਜ ਤੱਕ। ਅਸੀਂ ਦੁਆਰ ਕੱਢਾਂਗੇ, ਦੁਆਰ ਨੂੰ ਕੱਢਾਂਗੇ, ਸਾਡਾ ਨੁਕਸਾਨ ਹੋ ਗਿਆ। ਕਿਹੜੇ ਕਿਹੜੇ ਪਿੰਡ ਦਾ ਜ਼ਿਆਦਾ ਨੁਕਸਾਨ ਮਤਲਬ ਇਹਦੇ ਉੱਤੇ ਆਉਂਦਾ? ਜਿਹੜੇ ਪਿੰਡ ਦੇ ਕਿਹੜੇ ਕਿਹੜੇ ਪਿੰਡ ਪੈਂਦੇ? ਭਗਵਾਨਪੁਰਾ, ਮਲੋਟ ਅਤੇ ਅੱਗੋਂ ਦਾ ਫਦਾਨਾ ਵਾਲਾ ਇੱਥੇ ਆ ਹੀ ਗਈਆਂ ਨੇ। ਹਾਂਜੀ, ਇਹਨਾਂ ਦਾ ਪਿੰਡ ਸਾਰਾ ਨੁਕਸਾਨ ਆਈ ਹੈ ਕਿਉਂ 7-7 ਫੁੱਟ ਦੁਆਰ ਮਗਰਲੇ ਸ਼ੈਡਾਂ ਵਾਲੇ ਹੋ ਗਏ, ਆਹ ਉਸਲਾ ਹੋ ਗਿਆ ਇਹਨਾਂ ਦਾ 24-24 ਫੁੱਟ ਉੱਚਾ ਜਿਹੜਾ ਫੁੱਲਾਂ ਦੀ ਥਾਂ, ਇਹ ਸਾਰਾ ਨੁਕਸਾਨ ਸਾਡੇ ਆਮ ਜ਼ਿਮੀਂਦਾਰ ਨੂੰ ਪਿਆ ਖੜਾ ਜੀ। ਇਹ ਅਸੀਂ ਨਾ ਵਾਸੀ ਕਰਮਗੜ੍ਹ ਅਤੇ ਰਕਬਾ ਭਗਵਾਨਪੁਰੇ ਦੇ ਵਿੱਚ ਹੈ, ਭਗਵਾਨਪੁਰੇ ਦਾ ਰਕਬਾ ਹੈ ਅਤੇ ਸਾਡੇ ਬੰਦੇ ਆ ਕਰਮਗੜ੍ਹ ਦੇ, ਉਹਨਾਂ ਨੇ ਠੇਕੇ ਦੇ ਰਕਬਾ ਲਿਆ 70-70 ਹਜ਼ਾਰ ਰੁਪਈਏ ਨੂੰ, ਅਤੇ ਇਹਨਾਂ ਨੇ ਆਹ ਜਿਹੜੀ ਸੜਕ ਬਣ ਰਹੀ ਹੈ ਨਾ, ਨਿਸ਼ਾਨੀਆਂ ਇਹਨਾਂ ਨੇ ਲਾਤੀਆਂ ਸੀ, ਪਿੱਲਰ ਲਾਏ ਆ ਸਹੀ ਹੱਦ 'ਤੇ ਕਰਕੇ, ਉਹ ਤੋਂ ਬਾਅਦ ਬਹੁਤ ਥਾਂ ਪਿਆ ਜੀ ਆਪਦਾ ਵਰਤਨ ਤਾਂ ਲੋਕਾਂ ਦੇ ਵਾਹਣਾਂ ਦੇ ਵਿੱਚ ਇਹਨਾਂ ਨੇ ਪੱਥਰ ਲਾਹ ਕੇ, ਅਤੇ ਆਹ ਵੇਖੋ ਥੋੜ੍ਹੇ ਸਾਹਮਣੇ ਆ ਵੀ ਵਿੱਚ ਪੱਥਰ ਲਾਹਤਾ, ਵਿੱਚ ਮਿੱਟੀਆਂ ਲਾਹਤੀਆਂ ਅਤੇ ਕਿੱਲਾ ਕਿੱਲਾ ਲੋਕਾਂ ਦਾ ਨੁਕਸਾਨ ਕਰਤਾ। ਇੱਕ ਆਹ ਬੰਦਾ ਜਿਹਦੇ ਆਪਾਂ ਮੱਥੇ ਖਣੇ ਦੇ ਕੋਲ 4 ਕਿੱਲੇ ਜ਼ਮੀਨ ਹੈ, ਠੇਕੇ 'ਤੇ ਜ਼ਮੀਨ ਹੈ, ਮਾਲਕੀ ਆਪਦੀ 4 ਕਿੱਲੇ ਹੈ, ਇਹਦਾ ਲੱਖਾਂ ਰੁਪਈਆਂ ਦਾ ਨੁਕਸਾਨ ਕਰਤਾ। ਇੱਥੇ ਕਣਕ ਵੀ ਨਹੀਂ ਇਹਦੀ ਬੀਜੀ ਦੀ,
ਮਤਲਬ ਛੇਤੀ ਕੀਤੇ ਦੀ ਕਣਕ ਵੀ ਨਹੀਂ ਬੀਜੀ ਜਾਣੀ ਹੈ, ਪੱਧਰ ਕਰੂਗਾ, ਮਿੱਟੀ ਚੱਕੂਗਾ, ਪੱਥਰ ਹੀ ਨਹੀਂ ਨਿਕਲਣਾ, ਪੱਥਰ ਦੱਸੋ ਕਿਵੇਂ ਨਿਕਲੂਗਾ। ਇਹਦੇ ਕਰਕੇ ਅਸੀਂ ਇਹਨਾਂ ਦਾ ਕੰਮ ਬੰਦ ਕਰਾਇਆ ਸੀਗਾ, ਆਏ ਸੀ ਇੱਥੇ, ਇਹ ਆਦੇ ਵੀ ਸਾਡਾ ਤਾਂ ਕੋਈ ਅਸੀਂ ਨਹੀਂ ਦੇ ਸਕਦੇ, ਆਦੇ ਸਾਨੂੰ ਕੋਈ ਨਹੀਂ ਕਹਿਣ ਵਾਲਾ, ਅਤੇ ਨਹੀਂ ਕੋਈ ਆਦੇ ਮੁਆਵਜ਼ਾ ਅਸੀਂ ਦੇ ਸਕਦੇ, ਕੋਈ ਪ੍ਰਪੋਜ਼ਲ ਨਹੀਂ ਆਦੇ ਇਹਦੀ ਮੁਆਵਜ਼ੇ ਦੀ। ਆਹ ਗੱਲ ਕਰੀਏ ਫਿਰ ਅਸੀਂ, ਕਿੰਨਾ ਕੁ ਏਰੀਆ ਹੋਊਗਾ ਜਿਹੜਾ ਮਤਲਬ ਨਾਲ ਨੁਕਸਾਨ ਹੈ? ਨੁਕਸਾਨ ਹੈ ਨਾਲ ਨਾਲ, ਏਰੀਆ ਲੰਬਾ ਜਾਂਦਾ, ਹੁਣ ਗਾਂਹ ਤਾਂ ਕੀ ਪਤਾ ਕਿੰਨਾ ਕੁ ਹੈ ਜੀ, ਪਰ ਆਪਣੇ ਜਿਹੜੇ ਬੰਦਿਆਂ ਨੇ ਆਪਾਂ ਨੂੰ ਬੁਲਾਇਆ, ਆਪਣੇ ਪਿੰਡ ਦੇ ਬੰਦੇ ਆ, ਉਹਨਾਂ ਦਾ ਹੈਗਾ ਕੋਈ ਆ 2 ਕਿਲੋਮੀਟਰ ਲੰਬਾ ਏਰੀਆ ਨਾਲ ਲੱਗਦਾ ਜੀ, ਸਾਰੇ ਪਿੰਡ ਦੇ ਬੰਦੇ ਮੁੱਤਵਾਰ ਇਕੱਠੇ ਹੋਏ ਆ। ਨਾਮ ਮੇਰਾ ਸੰਦੀਪ ਸਿੰਘ ਹੈ ਜੀ, ਅਤੇ ਫਾਦਰ ਦਾ ਨਾਮ ਸੁਖਵੰਤ ਸਿੰਘ ਹੈ ਜੀ, ਪਿੰਡ ਮੇਰਾ ਕਰਮਗੜ ਹੈ ਜੀ, ਬੋਹਰ ਰੋਡ 'ਤੇ ਢਾਣੀ ਹੈ। ਇਹ ਜ਼ਮੀਨ ਮੈਂ ਠੇਕੇ 'ਤੇ ਲਈ ਹੋਈ ਹੈ ਜੀ 60,000 ਨੂੰ, ਅਤੇ ਆਹ ਤੁਸੀਂ ਵੇਖੋ ਮੇਰਾ ਕਿੰਨਾ ਨੁਕਸਾਨ ਹੈ, ਇਹਨਾਂ ਨੇ ਨਾ ਕੋਈ ਇੱਥੇ ਕੰਧ ਕੱਢੀ ਨਾ ਕੁਛ ਹੈ, ਸਾਰਾ ਪਾਣੀ ਆ ਗਿਆ ਜਿਹੜਾ, ਆਹ ਪੱਥਰ ਦਾ ਟਰੱਕ ਲਾ ਗਏ ਇੱਥੇ, ਲੈ ਵਿੱਚ ਖੇਤ ਦੇ ਤੁਹਾਡੇ ਸਾਹਮਣੇ ਹੀ ਹੈ, ਇਹਦੇ ਵਿੱਚ ਸੋਰਾ ਹੈਗਾ, ਇਹ ਨਾਲ ਸਾਰਾ ਹੀ ਮੱਚ ਗਿਆ ਜੀ। ਕਿਹਨੇ ਲਾਇਆ ਮਤਲਬ ਕੌਣ ਇਹ? ਆਹੀ ਇੱਕ ਠੇਕੇਦਾਰੀ ਹੋਣਗੇ ਜੀ ਆਹ ਟਰੱਕਾਂ ਵਾਲੇ, ਆਹ ਇਹਨਾਂ ਨੇ 2-3 ਵਾਰ ਇਹਨਾਂ ਦੇ ਮਿਹਨਤ ਵੀ ਜਾ ਕੇ ਕਰਿਆ, ਹਾਂ ਤੁਹਾਡਾ ਨੁਕਸਾਨ ਦੇ ਦਿਆਂਗੇ। ਅਸੀਂ ਆਖੇ ਜੋ ਸਾਡੇ ਫਸਲ ਹੀ ਨਾ ਹੋਈ ਤਾਂ ਅਸੀਂ ਠੇਕਾ ਕਿੱਥੋਂ ਦਿਆਂਗੇ, ਫਿਰ ਫਾਹ ਹੀ ਲਾਂਗੇ, ਹੋਰ ਕੀ ਕਰਾਂਗੇ। ਕਿੰਨਾ ਏਰੀਆ ਹੈਗਾ ਅਤੇ ਕਿਹੜੀ ਸੜਕ ਬਣ ਰਹੀ ਹੈ, ਕਿੰਨਾ ਏਰੀਆ ਤੁਹਾਡਾ ਪਿੰਡ ਹੈ ਜਿਹੜਾ? ਇਹ ਜੀ ਹਵੋਰ ਰੋਡ ਤੋਂ ਮਲੋੜ ਤੋਂ ਪਹਿਲਾਂ ਹਾਈਵੇ ਨਿਕਲਿਆ, ਕਰਮਗੜ੍ਹ ਤੋਂ ਲੈ ਕੇ ਅਵਲਖਾਣੇ ਤੱਕ ਤਕਰੀਬਨ ਨਾਲ ਹੀ ਆ ਸਾਰਿਆਂ ਦੇ ਜੀ, ਇੰਨਾ ਨੁਕਸਾਨ। ਹੁਣ ਮੇਰਾ 6 ਕਿੱਲੇ ਮੱਥਾ ਲੱਗਦਾ ਜੀ, 10 ਕਿੱਲੇ ਵਾਹਣ ਮੇਰੇ ਕੋਲ ਠੇਕੇ 'ਤੇ ਹੈ, ਅਤੇ ਤੁਸੀਂ ਪਰਲੇ ਪਾਸੇ ਜਾ ਕੇ ਵੇਖ ਲਓ, ਉੱਧਰ ਵੀ 4-4, 5-5 ਕਰਮਾ ਕੁਛ ਨਹੀਂ ਵਿੱਚ ਹੈ, ਨਾ ਪਾਣੀ ਚੜ੍ਹਨਾ ਉੱਥੇ, ਆਹ ਵੇਖ ਲਓ ਨਾਲ, ਇੱਧਰ ਵੀ ਐਂ ਹੈ ਜੀ। ਇਹ ਚਲਾਇਆਂ ਵੀ ਝੋਨਾ ਪਹਿਲਾਂ ਵੱਡਾ ਸੀਗਾ, ਨਾ ਰਹਿੰਦਾ ਖੁੰਦਾ ਨੂੰ ਪਾਣੀ ਹੈ, ਖਾਲ ਆ, ਮਗਰ ਉਹ ਜਮ੍ਹਾਂ ਫੁੱਲ ਮਿੱਟੀ ਨਾਲ ਭਰਿਆ ਪਿਆ, ਨਾ ਉੱਥੇ ਕੋਈ ਉਹਦੀ ਫੱਟੀ ਹੈ, ਆਹ ਇਹਨਾਂ ਨੇ ਉਮਚਾ ਤਾ, ਉਹ ਪਾਣੀ ਕਿੰਨੀ ਮੱਚੀ ਜਾਂਦਾ, ਖਾਲ ਸਾਰਾ ਮਗਰ ਤੋੜਤਾ ਇਹਨਾਂ ਨੇ। ਅੱਜ ਤੁਸੀਂ ਕੀ ਕੀਤਾ? ਅਸੀਂ ਤਾਂ ਜੁਨੀ ਨੂੰ ਇੱਕ ਬੇਨਤੀ ਕੀਤੀ ਸੀ ਵੀ ਅਸੀਂ ਤਾਂ ਇਹਨਾਂ ਕੋਲ ਜਾ ਥੱਕ ਗਏ, ਤਾਂ ਇੰਨੇ ਲਾਰੇ ਲਾਉਂਦੇ ਆ, ਪਿਛਲੇ ਗੇੜੇ ਵੀ ਅਸੀਂ ਗਏ ਸਾਰੇ ਆਹ ਖੇਤਾਂ ਵਾਲੇ ਇਕੱਠੇ ਹੋ ਕੇ, ਅਤੇ ਉਹਨਾਂ ਨੇ ਇੱਕ ਵਿੱਕੀ ਸਿੰਘ ਨਾਂ ਦੇ ਬੰਦੇ ਨੂੰ ਕਿਹਾ ਵੀ ਜਾ ਤੂੰ ਵੇਖ ਕੇ ਆ, ਉਹਨੂੰ ਅਸੀਂ ਸਾਰਾ ਉੱਥੋਂ ਲੈ ਕੇ ਸਾਰਾ ਸਿਰੇ ਤੱਕ ਵਿਖਾਇਆ, ਖਾਲ ਵਿਖਾਇਆ, ਫੱਟੀਆਂ ਵਿਖਾਈਆਂ ਵਿਖਾਇਆ, ਬਸ ਕੋਈ ਨਾ ਜੀ ਤੁਹਾਨੂੰ ਦੱਸਾਂਗੇ, ਫਿਰ ਫੋਨ ਹੀ ਨਹੀਂ ਚੱਕਿਆ, ਅਤੇ ਅੱਜ ਜੇ ਆਏ ਆ ਤਾਂ ਬਸ ਅੱਜ ਵੀ ਬਸ ਕੁਛ ਨਹੀਂ, ਫੋਨ ਲਾ ਕੇ ਉੱਧਰ ਨੂੰ ਟੱਪ ਜਾਂਦੇ, ਉੱਧਰ ਨੂੰ ਟੱਪ ਜਾਂਦੇ, ਬਸ ਸਾਨੂੰ ਕੋਈ ਉਹਨਾਂ ਨੇ ਕੋਈ ਨੁਕਸਾਨ ਬਣਦੇ ਹੋ? ਨੁਕਸਾਨ ਭਾਅ ਜੀ ਤੁਹਾਡੇ ਸਾਹਮਣੇ ਇੰਨੇ ਲੋਕ ਖੜੇ, ਜੇ ਤੂੰ ਮਰਜ਼ੀ ਪੁੱਛ ਲਓ ਜੀ, ਕਿੰਨਾ ਕੁ ਨਾਲ ਆਈ ਤੁਹਾਡੇ? ਮੇਰੇ ਹਿਸਾਬ ਨਾਲ 1.5 ਕਿੱਲਾ ਤਾਂ ਘੱਟੋ ਘੱਟ ਹੋਊਗਾ ਜੀ, ਨਹੀਂ ਤਕਰੀਬਨ ਤਾਂ ਕਹਿਰਾ ਸਾਰਾ ਹੀ ਹੈ। ਅਸੀਂ ਤਾਂ ਉਹਨਾਂ ਨੂੰ ਇਹ ਗੱਲ ਆਖੀ ਵੀ ਜਿੰਨਾ ਸਾਡਾ ਨੁਕਸਾਨ ਹੈ ਤੂੰ ਸਾਡਾ ਸਾਨੂੰ ਉਨਾ ਹੀ ਦੇ ਦਿਓ, ਕਿਉਂਕਿ ਝੋਨਾ ਤਾਂ ਝੋਨਾ ਹੋਣਾ ਨਹੀਂ ਗਾ ਜੀ, ਨਾ ਹੀ ਹੁਣ ਪੌਦ ਮਿਲਣੀ ਵਿੱਚ ਲਾਉਣ ਵਾਸਤੇ, ਇਹਦੇ ਇਹ ਤਾਂ ਵਿਹਲਾ ਹੀ ਰਹਿਣਾ, ਜਾਂ ਅਸੀਂ ਅੱਗੇ ਤੁਸੀਂ ਠੇਕਾ ਭਰਿਆ, ਤੁਸੀਂ ਸਾਨੂੰ ਖਰਚਾ ਅਤੇ ਠੇਕਾ ਦੇ ਦਿਓ, ਸਾਲ ਭਰ ਆਪਦੀ ਵੱਟ ਪਾ ਲਓ ਇੱਥੇ, ਇਹ ਉਵੇਂ ਵੀ ਨਹੀਂ ਕਰਦੇ। ਕਿਸਾਨੋ ਕਾ ਬਾਰਿਸ ਸੋਨੇ ਮੈਂ ਯਹਾਂ ਪੇ ਆਰ ਓ ਡਬਲਿਊ ਐਨ ਐਚ ਆਈ ਦੁਆਰਾ ਕੰਮ ਲਿਆ ਗਿਆ ਹੈ, ਜਿਸ ਵਜ੍ਹਾ ਸੇ ਪ੍ਰੋਪਰ ਸਲੋਪ ਨਹੀਂ ਮਿਲ ਰਹਾ ਹੈ, ਤੋ ਕੁਛ ਮਿੱਟੀ ਕੱਟ ਕੇ ਖੇਤੋਂ ਮੈਂ ਚਲੀ ਗਈ, ਤੋ ਉਸੀ ਕਾ ਇਨਕਾ ਮੁਆਵਜ਼ਾ ਕਾ ਮੰਗ ਹੈ। ਅਭੀ ਹਮ ਲੋਗ ਪੂਰੇ ਥਰੂ ਆਊਟ ਪ੍ਰੋਜੈਕਟ ਮੈਂ ਟੋਵਾਲ ਬਣਾ ਰਹੇ ਹੈ, ਤੋ ਟੋਵਾਲ ਬਣਾਨੇ ਸੇ ਮਿੱਟੀ ਫਿਰ ਕੱਟ ਕੇ ਖੇਤੋਂ ਮੈਂ ਨਹੀਂ ਜਾਏਗੀ, ਤੋ ਆਨੇ ਵਾਲੇ ਸਮੇਂ ਮੈਂ ਫਿਰ ਨੁਕਸਾਨ ਨਹੀਂ ਹੋਗਾ। ਅਭੀ ਤੋ ਮੁਆਵਜ਼ਾ ਕਾ ਹਮਾਰੇ ਤਰਫ ਸੇ ਕੋਈ ਪ੍ਰਬੰਧ ਨਹੀਂ ਹੈ, ਹਮ ਲੋਗ ਐਨ ਐਚ ਆਈ ਸੇ ਬਾਤ ਕਰੇਂਗੇ, ਔਰ ਲੇਟਰ ਲਿਖ ਕੇ ਦੇਂਗੇ ਐਨ ਐਚ ਆਈ ਕੇ ਪੀ ਡੀ ਕੋ, ਔਰ ਫਿਰ ਉਹਨੇ ਕੋ ਕਿਆ ਡਿਸੀਜਨ ਦੇਤੇ ਹੈ, ਕਿਆ ਰਿਪਲਾਈ ਕਰਤੇ ਹੈ, ਤਭੀ ਕੁਛ ਕਰ ਪਾਏਗਾ। ਜੈਸੇ ਕਹੀਂ ਕਹੀਂ ਪੇ ਕਿਸੀ ਕਾ ਜ਼ਿਆਦਾ ਹੈ, ਇੱਕ ਕਰਮਾ ਹੈ, ਕਿਸੀ ਕਾ ਦੋ ਕਰਮਾ ਹੈ, ਤੋ ਇਹ ਫਿਕਸ ਕੁਆਂਟਿਟੀ ਹਮੇ ਐਗਜੈਕਟ ਤੋ ਹੈ ਨਹੀਂ, ਲੇਕਿਨ ਜੋ ਰੋਡ ਸੇ ਸਟੇ ਹੋਏ ਹੈ, ਤੋ 10 ਫੁੱਟ, ਕਹੀਂ 5 ਫੁੱਟ, ਕਹੀਂ 15 ਫੁੱਟ, ਐਸੇ ਕਰਕੇ ਹੈ। ਬਾਈਪਾਸ ਕੀ ਕਿਤਨੀ ਲੰਬਾਈ ਹੈ? ਬਣ ਰਿਹਾ ਹੈ ਟੋਟਲ ਬਾਈਪਾਸ ਕੀ, ਯਹਾਂ ਪੇ ਮਲੋਟ ਬਾਈਪਾਸ ਕੀ ਲੰਬਾਈ ਹੈ 15,984 ਕਿਲੋਮੀਟਰ। ਕਬ ਤੱਕ ਮਤਲਬ ਇਹ ਕੰਪਲੀਟ ਹੋਗਾ? ਇਹ ਅਕਟੂਬਰ ਤੱਕ ਕੰਪਲੀਟ ਹੋ ਜਾਏਗਾ।
की है, उसमें किसानों का ही कोई मुद्दा रखा गया है जो ये उसका नुकसान हुआ इस बारे में अपनी तरफ से आपने भेजी है रिपोर्ट भी? नहीं, इसका अभी रिपोर्ट हमने अब भेजेंगे। इन्होंने पहले एक बार एक दो आदमी आए थे तो हमने सोचा था कि देख लेंगे क्या करना है जी, मैनेजमेंट के साथ बातचीत करके, लेकिन अभी जब ज़्यादा लोग इकट्ठा होंगे तो हम इस मुद्दे को NHI स्तर तक ले जाएंगे जी। अब आपका काम बंद है एक बार? हाँ, अभी हमारा काम इन लोगों ने इधर बंद करा रखा है।